ਹਾਂਜੀ ਵੈਲਕਮ ਕਰਦੇ ਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆਂ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥਸ ਇਸ ਵੱਲੋਂ ਜਿਹੜੇ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀ ਡਿਟੇਲ ਇਨਫੋਰਮੇਸ਼ਨ ਉਸ ਤੋਂ ਪਹਿਲਾਂ ਰਿਕੁਐਸਟ ਇਹ ਆ ਜਿਹੜੇ ਕੈਂਡੀਡੇਟ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਤਾਂ ਕਿ ਕੋਈ ਵੀ ਇੰਪੋਰਟੈਂਟ ਜਾਣਕਾਰੀ ਵਾਲੀ ਵੀਡੀਓ ਤੁਸੀਂ ਮਿਸ ਨਾ ਕਰੋ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਨੰਬਰ 1 ਦੇ ਉੱਤੇ ਇੱਕ ਨੋਟੀਫਿਕੇਸ਼ਨ ਆਇਆ ਹੋਇਆ ਵਾ ਸੈਕੰਡ ਸ਼ਡਿਊਲ ਐਂਡ ਨੋਟਿਸ ਐਂਡ ਲਿਸਟ ਆਫ ਕੈਂਡੀਡੇਟ ਕਾਲਡ ਫਾਰ ਡਾਕੂਮੈਂਟ ਵੈਰੀਫਿਕੇਸ਼ਨ ਜਿਹੜਾ ਸਟਾਫ ਨਰਸ ਦਾ ਐਗਜ਼ਾਮ ਹੋਇਆ ਸੀਗਾ 5 11 2023 ਨੂੰ ਸੋ ਜਿੱਦਾਂ ਹੀ ਆਪਾਂ ਇਸ ਲਿੰਕ ਦੇ ਉੱਤੇ ਕਲਿੱਕ ਕਰਾਂਗੇ ਤਾਂ ਨੈਕਸਟ ਪੇਜ ਆ ਜਿਹੜਾ ਉਹ ਓਪਨ ਹੋ ਜਾਊਗਾ ਆਪਾਂ ਦੇਖਣਾ ਹੈ ਜੀ 5 12 2023 ਨੂੰ ਜਿਹੜਾ ਨੋਟੀਫਿਕੇਸ਼ਨ ਐ ਆਊਟ ਹੋਇਆ ਨੰਬਰ 1 ਤੇ ਲਿਸਟ ਆਫ ਕੈਂਡੀਡੇਟ ਕਾਲਡ ਫਾਰ ਡਾਕੂਮੈਂਟ ਵੈਰੀਫਿਕੇਸ਼ਨ ਤੇ ਨੰਬਰ 2 ਤੇ ਸ਼ੈਡਿਊਲ ਆਫ ਡਾਕੂਮੈਂਟ ਵੈਰੀਫਿਕੇਸ਼ਨ ਠੀਕ ਹੈ ਜੀ ਸੋ ਇਹ ਦੋਨੇ ਪੀਡੀਐਫ ਆਪਾਂ ਆਲਰੇਡੀ ਡਾਊਨਲੋਡ ਕੀਤੀਆਂ ਹੋਈਆਂ ਸੋ ਆਪਾਂ ਇਹਨਾਂ ਨੂੰ ਚੈੱਕ ਕਰ ਲੈਨੇ ਆ ਪਹਿਲਾਂ ਆਪਾਂ ਸ਼ੈਡਿਊਲ ਚੈੱਕ ਕਰਦੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ੈਡਿਊਲ ਆ 6 ਅਤੇ 7 ਤਰੀਕ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਵੈਬਸਾਈਟ ਦੇ ਉੱਤੇ ਕੱਲ੍ਹ ਯਾਨੀ ਕਿ 5 ਤਰੀਕ ਦੀ ਰਾਤ ਨੂੰ ਇਹ ਅਪਲੋਡ ਹੋਇਆ ਵਾ ਸੋ ਇਹਨਾਂ ਨੂੰ 2-4 ਦਿਨ ਪਹਿਲਾਂ ਕਰਨਾ ਚਾਹੀਦਾ ਵਾ ਕਿਉਂਕਿ ਕਾਫੀ ਸਾਰੇ ਬੱਚਿਆਂ ਤੱਕ ਇਹ ਇਨਫੋਰਮੇਸ਼ਨ ਪਤਾ ਨਹੀਂ ਪਹੁੰਚੂ ਪਤਾ ਨਹੀਂ ਨਹੀਂ ਪਤਾ ਨਹੀਂ ਪਰ ਮੈਸੇਜਸ ਵੀ ਆਗੇ ਹੋਣਗੇ ਜਿਨ੍ਹਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਵਾ ਸੋ ਸਟਾਫ ਨਰਸ ਜੀ 6 ਤਰੀਕ ਨੂੰ ਹੋ ਰਹੀ ਆ 10 ਵਜੇ ਤੋਂ ਲੈ ਕੇ ਤੇ 12 ਵਜੇ ਠੀਕ ਹੈ ਜੀ 10 ਵਜੇ ਹੋ ਰਹੀ ਆ ਈਐਸਐਮ ਜਰਨਲ ESMC ਅਤੇ ESMBC ਉਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪਟ ਜਿਹੜੇ ਬੱਚੇ ਆ ਉਹਨਾਂ ਦੀ 12:00 ਹੋ ਰਹੀ ਆ ਐਗਜ਼ਾਮੀਨੇਸ਼ਨ ਹਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਤੇ 7 12 2023 ਨੂੰ ਹੋ ਰਹੀ ਆ 12:00 ਠੀਕ ਹੈ ਜੀ ਆਪ ਨੂੰ ਕੈਂਡੀਡੇਟ ਹੂ ਊਡ ਬੀ ਅਨਏਬਲ ਟੂ ਅਟੈਂਡ ਡਾਕੂਮੈਂਟ ਵੈਰੀਫਿਕੇਸ਼ਨ ਐਜ਼ ਪਰ ਦਾ ਲਿਸਟ ਪੁਟ ਦਾ ਵੈਬਸਾਈਟ ਔਨ 6 12 2000 ਮੇ ਅਟੈਂਡ ਦਾ ਸੇਮ ਔਨ ਜਿਹੜੇ 6 ਨੂੰ ਅਟੈਂਡ ਨਹੀਂ ਕਰ ਸਕਦੇ ਉਹ 7 ਨੂੰ ਕਰ ਸਕਦੇ ਨੇ ਜਿਨ੍ਹਾਂ ਨੇ ਨਹੀਂ ਹੋਈ ਜਿਨ੍ਹਾਂ ਤੋਂ ਠੀਕ ਹੈ ਜੀ ਸੋ 6 ਅਤੇ 7 ਨੂੰ ਇਹ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਆ ਤੇ ਹੁਣ ਆਪਾਂ ਦੂਜੇ ਨੰਬਰ ਤੇ ਦੇਖ ਲੈਣੇ ਆ ਜੀ ਜਿਹੜੀ ਲਿਸਟ ਇਹਨਾਂ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਲਿਸਟ ਵੀ ਇਹਨਾਂ ਨੇ ਬਾਕਾਇਦਾ ਅਪਲੋਡ ਕੀਤੀ ਹੋਈ ਆ ਠੀਕ ਹੈ ਜੀ ਤੇ ਜਿਹੜਾ 5 ਤੇ ਨੰਬਰ 1 ਤੇ ਲਿਸਟ ਆਫ ਕੈਂਡੀਡੇਟ ਹੈਗੀ ਆ ਜੀ ਸਟਾਫ ਨਰਸ ਈਐਸਐਮ ਜਨਰਲ ਕੈਟਾਗਰੀ ਵਾਲੇ ਬੱਚੇ ਠੀਕ ਹੈ ਜੀ ਤੇ ਉਸ ਤੋਂ نیچے ਆਪਾਂ ਦੇਖ ਲੈਨੇ ਆ ਨੰਬਰ 2 ਤੇ ਹੈਗੀ ਆ ਲਿਸਟ ਦੇ ਵਿੱਚ ਅੰਡਰ ਈਐਸਐਮ ਐਸਸੀ ਕੈਟਾਗਰੀ ਵਾਲੇ ਬੱਚੇ ਤੇ ਉਸ ਤੋਂ ਬਾਅਦ ਆ ਦੇਖੋ ਈਐਸਐਮ ਪੀਸੀ ਕੈਟਾਗਰੀ ਵਾਲੇ ਬੱਚੇ ਤੇ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਜੀ ਫਿਜ਼ੀਕਲ ਹੈਂਡੀਕੈਪਟ ਠੀਕ ਹੈ ਜੀ ਇਹਨਾਂ ਦੀ ਵੀ ਲਿਸਟ ਦੇ ਵਿੱਚ ਆ ਦੇਖੋ ਨਾਮ ਹੈਗੇ ਨੇ ਤੇ ਉਸ ਤੋਂ ਬਾਅਦ ਫਰੀडम फाइਟਰ ਕੈਟਾਗਰੀ ਵਾਲੇ ਨੇ ਜਿਹੜੇ ਉਹਨਾਂ ਦੀ ਵੀ ਲਿਸਟ ਦੇ ਵਿੱਚ ਨਾਮ ਆ ਚੁੱਕੇ ਨੇ ਸੋ ਇਸ ਤਰ੍ਹਾਂ ਤੁਸੀਂ ਇਹ ਲਿਸਟਾਂ ਨੇ ਜਿਹੜੀਆਂ ਆਪਣੇ ਟੈਲੀਗ੍ਰam ਚੈਨਲ ਜਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਸੋ ਇਹ ਸੀਗੀ ਜੀ ਅੱਜ ਦੀ ਲੇਟੈਸਟ ਇਨਫੋਰਮੇਸ਼ਨ ਆਪਦਾ ਆਪਦਾ ਨਾਮ ਜ਼ਰੂਰ ਚੈੱਕ ਕਰ ਲਵੋ ਜਿਹੜੇ ਬੱਚੇ ਐਗਜ਼ਾਮ ਦੇ ਕੇ ਆਏ ਸੀ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਤੇ ਲੇਟੈਸਟ ਅਪਡੇਟ ਦੇ ਨਾਲ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਉੱਥੇ ਤੁਹਾਨੂੰ ਇਹ ਦੋਨੋਂ ਪੀਡੀਐਫ ਮਿਲ ਜਾਣਗੀਆਂ ਧੰਨਵਾਦ